ਅੱਜ ਅਸੀਂ ਚੜ੍ਹਦੇ ਪੰਜਾਬ ਦੇ ਪਿੰਡ ਖੱਚੜਾਂ ਦਾ ਜ਼ਿਕਰ ਕਰਾਂਗੇ ਜਿਹੜਾ ਕਿ 47 ਵੇਲੇ ਰਿਆਸਤ ਫਰੀਦਕੋਟ 'ਚ ਆਉਂਦਾ ਸੀ ਅਤੇ ਇਹਨੂੰ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਸੀ। ਹੁਣ ਇਸ ਪਿੰਡ ਦੀ ਤਹਿਸੀਲ ਜੇਤੋ ਮੰਡੀ 'ਚ ਅਤੇ ਜ਼ਿਲ੍ਹਾ ਲੱਗਦਾ ਹੈ ਫਰੀਦਕੋਟ। ਲਾਗੇ ਸ਼ਹਿਰ ਬਠਿੰਡਾ ਪੈਂਦਾ ਹੈ। ਤਕਰੀਬਨ ਇੱਕ ਮਹੀਨਾ ਪਹਿਲੇ ਅਸੀਂ ਬਾਬਾ ਮੁਹੰਮਦ ਸ਼ਫੀ ਹੋਰਾਂ ਦਾ ਇੰਟਰਵਿਊ ਕੀਤਾ ਸੀ ਜਿਹੜੇ ਕਿ 47 ਤੋਂ ਪਹਿਲਾਂ ਇਸੇ ਪਿੰਡ ਦੇ ਵਸਨੀਕ ਸਨ। ਹੁੰਦਾ ਹੁੰਦਾ ਇਹ ਇੰਟਰਵਿਊ ਖੱਚੜਾਂ ਪਿੰਡ ਦੇ ਮੌਜੂਦਾ ਰਹਿਣ ਵਾਲਿਆਂ ਤੱਕ ਵੀ ਪਹੁੰਚਿਆ। ਇਹ ਇੰਟਰਵਿਊ ਵੇਖ ਕੇ ਇਸ ਪਿੰਡ ਦੇ ਲੋਕਾਂ ਦੀ ਖੁਸ਼ੀ ਦੀ ਇੰਤਹਾ ਨਹੀਂ ਰਹੀ। ਬਾਬਾ ਜੀ ਮੁਹੰਮਦ ਸ਼ਫੀ ਹੋਰਾਂ ਦਾ ਇੰਟਰਵਿਊ ਵੇਖ ਕੇ ਇਸੇ ਪਿੰਡ ਦੇ ਵਸਨੀਕ ਜਨਾਬ ਸੁਖਵੰਤ ਸਿੰਘ ਹੋਰਾਂ ਨੇ ਸਾਡੇ ਨਾਲ ਰਾਬਤਾ ਕੀਤਾ। ਸੁਖਵੰਤ ਸਿੰਘ ਹੋਰਾਂ ਦੇ ਬਾਪੂ ਚਰਨਜੀਤ ਸਿੰਘ ਉਰਫ ਜੀਤਾ 47 ਵੇਲੇ 9-10 ਵਰੇ ਦੇ ਸਨ ਅਤੇ ਬਾਬਾ ਜੀ ਮੁਹੰਮਦ ਸ਼ਫੀ ਹੋਰਾਂ ਦੇ ਯਾਰ ਬੇਲੀ ਸਨ। ਸੁਖਵੰਤ ਸਿੰਘ ਹੋਰਾਂ ਦੇ ਦਾਦਾ ਜੀ ਪ੍ਰੇਮ ਸਿੰਘ ਸਨ 1900 'ਚ ਪੈਦਾ ਹੋਏ ਸਨ। ਉਹਨਾਂ ਦੇ 4 ਪੁੱਤਰ ਸਨ, ਇੱਕ ਦਾ ਨਾਂ ਧਨਾੜ, ਇੱਕ ਦਾ ਨਾਂ ਮਨਜੀਤ ਸਿੰਘ ਉਰਫ ਮੀਤਾ, ਇੱਕ ਦਾ ਨਾਂ ਚਰਨਜੀਤ ਸਿੰਘ ਉਰਫ ਜੀਤਾ ਅਤੇ ਇੱਕ ਦਾ ਨਾਂ ਹਰਚਰਨ ਸਿੰਘ ਸੀ, ਜਿਹੜੇ ਕਿ 47 ਤੋਂ ਪਹਿਲਾਂ FC ਕਾਲਜ ਲਾਹੌਰ 'ਚ ਪੜ੍ਹਦੇ ਸਨ। ਖੱਚੜਾਂ 'ਚ ਇੱਕ ਫੈਮਿਲੀ ਹਰਨਾਮ ਸਿੰਘ ਹੋਰਾਂ ਦੀ ਵੀ ਰਹਿੰਦੀ ਸੀ, ਜਿਨ੍ਹਾਂ ਨੂੰ ਕਿ ਹਰਨਾਮਾ ਕਹਿੰਦੇ ਸਨ। ਹਰਨਾਮ ਸਿੰਘ ਹੋਰਾਂ ਦੇ 4 ਪੁੱਤਰ ਸਨ, ਸਭ ਤੋਂ ਵੱਡਾ ਬੱਗੜ, ਫਿਰ ਕਰਮ ਸਿੰਘ ਉਰਫ ਕਰਮਾ, ਫਿਰ ਕਾਕਾ ਅਤੇ ਫਿਰ ਸਭ ਤੋਂ ਛੋਟਾ ਪੁੱਤਰ ਪਿਰਥੀ। ਸਰਦਾਰ ਪਿਰਥੀ ਸਿੰਘ ਬਾਬਾ ਜੀ ਮੁਹੰਮਦ ਸ਼ਫੀ ਹੋਰਾਂ ਦੇ ਹਾਣੀ ਸਨ, ਜਿਨ੍ਹਾਂ ਦੀ ਕਿ ਤਸਵੀਰ ਤੁਸੀਂ ਵੇਖਦੇ ਪਏ ਹੋ। ਇਹ ਇੰਟਰਵਿਊ ਵੇਖ ਕੇ ਸੁਖਵੰਤ ਸਿੰਘ ਹੋਰਾਂ ਤੋਂ ਇਲਾਵਾ ਬੱਗੜ ਸਿੰਘ ਦੇ ਪੜਪੋਤੇ ਜਸ਼ਨ ਸਿੰਘ ਵੀਰ ਜੀ ਨੇ ਵੀ ਸਾਡੇ ਨਾਲ ਰਾਬਤਾ ਕੀਤਾ। ਫਿਰ ਅਸਾਂ ਫੋਨ 'ਤੇ ਇਹਨਾਂ ਦੀ ਗੱਲਬਾਤ ਕਰਵਾਈ। ਬਾਬਾ ਜੀ ਨਾਲ ਗੱਲਬਾਤ ਕਰਕੇ ਵੀਰ ਹੋਰੀ ਬਹੁਤ ਖੁਸ਼ ਹੋਏ। ਇਹਨਾਂ ਤੋਂ ਇਲਾਵਾ ਕਰਮ ਸਿੰਘ ਉਰਫ ਕਰਮਾ ਦੇ ਪੜਪੋਤੇ ਗੁਰਭੇਜ ਸਿੰਘ ਨੇ ਵੀ ਸਾਡੇ ਨਾਲ ਰਾਬਤਾ ਕੀਤਾ। ਗੁਰਭੇਜ ਸਿੰਘ ਦੇ ਬਾਪੂ ਸਿਕੰਦਰ ਸਿੰਘ ਹੋਰਾਂ ਨਾਲ ਵੀ ਗੱਲਬਾਤ ਹੋਈ। 47 ਵੇਲੇ ਖੱਚੜਾਂ ਪਿੰਡ 'ਚੋਂ ਮੁਸਲਮਾਨਾਂ ਦੇ ਜਿਹੜੇ ਖਾਨਦਾਨ ਹਿਜਰਤ ਕਰਕੇ ਪਾਕਿਸਤਾਨ ਪਹੁੰਚੇ ਸਨ, ਉਹਨਾਂ 'ਚੋਂ ਅਗਰ ਕੋਈ ਬਜ਼ੁਰਗ ਜਿਉਂਦੇ ਹੋਣ ਜਾਂ ਉਹਨਾਂ ਦੀ ਔਲਾਦ 'ਚੋਂ ਕੋਈ ਸਾਡੀ ਇਹ ਵੀਡੀਓ ਵੇਖਦਾ ਹੋਵੇ ਤਾਂ ਉਹ ਜ਼ਰੂਰ ਸਾਡੇ ਨਾਲ ਰਾਬਤਾ ਕਰਨ। ਵਿਛੜਿਆਂ ਨੂੰ ਮਿਲਾਉਣ ਦੀਆਂ ਸਾਡੀਆਂ ਇਹ ਕੋਸ਼ਿਸ਼ਾਂ ਇਨਸ਼ਾਅੱਲਾ ਆਇੰਦਾ ਵੀ ਜਾਰੀ ਰਹਿਣਗੀਆਂ। ਅਤੇ ਲਓ ਫਿਰ ਬਾਬਾ ਜੀ ਨਾਲ ਹੋਈ ਸੁਖਵੰਤ ਸਿੰਘ ਹੋਰਾਂ ਦੀ ਗੱਲਬਾਤ ਤੁਸੀਂ ਵੀ ਸੁਣੋ। ਲਓ ਜੀ, ਅੱਜ ਅਸੀਂ ਜਿਸ ਪਿੰਡ ਵਿੱਚ ਆਏ ਬੈਠੇ ਹਾਂ ਇਹਦਾ ਨਾਂ ਹੈਗਾ ਵਾ ਜੱਫਾਪੁਰ। ਇਹਨੂੰ ਤਹਿਸੀਲ ਲੱਗਦੀ ਹੈ ਗੋਜਰਾ ਅਤੇ ਜ਼ਿਲ੍ਹਾ ਲੱਗਦਾ ਹੈ ਟੋਬਾ ਟੇਕ ਸਿੰਘ। ਸਾਡੇ ਨਾਲ ਬਾਬਾ ਜੀ ਮੁਹੰਮਦ ਸ਼ਫੀ ਸਾਹਿਬ ਮੌਜੂਦ ਨੇ, ਜਿਨ੍ਹਾਂ ਦਾ ਤਕਰੀਬਨ 1 ਮਹੀਨੇ ਪਹਿਲਾਂ ਅਸੀਂ ਇੰਟਰਵਿਊ ਕੀਤਾ ਸੀ। ਇਹਨਾਂ ਦਾ ਪਿਛਲਾ ਪਿੰਡ ਹੈਗਾ ਵਾ ਖੱਚੜਾਂ। ਉਸ ਵੇਲੇ ਇਹਨਾਂ ਨੂੰ ਆਪਣਾ ਰਿਆਸਤ ਲੱਗਦੀ ਸੀ ਫਰੀਦਕੋਟ ਅਤੇ ਜ਼ਿਲ੍ਹਾ ਲੱਗਦਾ ਸੀ ਫਿਰੋਜ਼ਪੁਰ। ਹੁਣ ਉੱਥੇ ਦੀ ਜਿਹੜੀ ਤਹਿਸੀਲ ਹੈ ਖੱਚੜਾਂ ਦੀ ਉਹ ਹੈਗੀ ਹੈ ਜੇਤੋ ਮੰਡੀ ਅਤੇ ਜ਼ਿਲ੍ਹਾ ਲੱਗਦਾ ਹੈ ਆਪਣਾ ਫਰੀਦਕੋਟ। ਬਾਬਾ ਜੀ ਦੀ ਵੀਡੀਓ ਉਹ ਇਹਨਾਂ ਦੇ ਪਿੰਡ ਦੇ ਬੰਦਿਆਂ ਨੇ ਵੇਖੀ ਅਤੇ ਬਹੁਤ ਪਸੰਦ ਕੀਤਾ ਅਤੇ ਉੱਥੋਂ ਸਾਨੂੰ ਮੁਖਤਲਿਫ ਕਾਲਾਂ ਆਈਆਂ ਕਿ ਸਾਡੀ ਬਾਬਾ ਜੀ ਦੇ ਨਾਲ ਗੱਲ ਕਰਾਓ। ਆਪਣਾ ਸੁਖਵੰਤ ਸਿੰਘ ਵੀਰ ਜੀ ਨੇ ਸਾਡੇ ਉਹਨਾਂ ਨੇ ਸਾਨੂੰ ਕਾਲ ਕੀਤੀ ਸੀ ਕਿ ਸਾਡੇ ਨਾਲ ਗੱਲ ਕਰਾਓ ਅਤੇ ਅੱਜ ਅਸੀਂ ਹੁਣ ਕਾਲ ਕਰਕੇ ਅਤੇ ਬਾਬਾ ਜੀ ਦੀ ਗੱਲਬਾਤ ਉਹਨਾਂ ਦੇ ਨਾਲ ਕਰਾਉਂਦੇ ਹਾਂ। ਤੁਸੀਂ ਸਾਡੇ ਨਾਲ ਹੀ ਰਹੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ। ਲਓ ਅਸੀਂ ਹੁਣ ਕਾਲ ਕਰਦੇ ਹਾਂ। ਹੈਲੋ, ਕਰੋ ਗੱਲ। ਸਲਾਮ ਅਲੈਕਮ ਜੀ। ਹਾਂਜੀ, ਵਾਲੇਕੁਮ ਸਲਾਮ ਜੀ। ਇਹ ਮੈਂ ਕਿਹਾ ਜੀ ਪਿਰਥੀ ਹੈ ਜਾਂ ਪਿਰਥੀ ਚੱਲ ਗਿਆ, ਹੋ ਗਿਆ 8-10 ਸਾਲ। ਅੱਛਾ, ਤੇ ਤੂੰ ਕਿਹੜਾ ਪਿਰਥੀ ਵੀ? ਹਾਂਜੀ, ਤੂੰ ਕਿਹੜਾ ਬੱਗੜ ਹੈ ਜਾਂ ਕੋਈ ਹੋਰ ਹੈ ਜਾਂ ਸ਼ਰਮਾ? ਬੱਗੜ ਬੁੱਗੜ ਤਾਂ ਬੁੜੇ ਹੋ ਗਏ, ਮਰ ਗਿਆ ਬੱਗੜ ਵੀ, ਮਰ ਗਿਆ ਬੱਗੜ, ਉਹਦਾ ਬੱਗੜ ਵੀ ਮਰ ਗਿਆ, ਕਾਕਾ ਵੀ ਮਰ ਗਿਆ, ਕਰਮ ਵੀ ਮਰ ਗਿਆ, ਚਾਰੇ ਭਰਾ ਮਰ ਗਏ। ਤੁਸੀਂ ਕਿਹੜੇ ਹੋ? ਮੈਂ ਤਾਂ ਭਾਈ ਜੀ ਪ੍ਰੇਮ ਸਿੰਘ ਦਾ ਪੁੱਤਰ ਆ। ਅੱਛਾ ਅੱਛਾ ਜੀ, ਭਾਈ ਜੀ ਪ੍ਰੇਮ ਸਿੰਘ ਹੁੰਦੇ ਸੀ ਨਾ? ਆਹੋ ਹਾਂ, ਤੇ ਉਹ ਮਿੱਠੂ ਢਿੱਲੋਂ ਵੀ ਮਰ ਗਿਆ, ਚੇਤ ਦਾ ਲੜਕਾ। ਅੱਛਾ, ਜਿਹੜਾ ਤੁਹਾਡਾ ਗਵਾਂਢੀ ਸੀ ਮਿੱਠੂ? ਆਹੋ, ਚੇਤ ਦਾ ਲੜਕਾ। ਹਾਂਜੀ ਹਾਂਜੀ, ਤੇ ਉਹ ਹੋਰ ਕੋਈ
ਮੁਨਸ਼ੀ ਹੈਗਾ ਮੁਨਸ਼ੀ 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 ਹੈਗਾ ਤੇ ਤੁਹਾਡਾ ਤੁਹਾਡੇ ਭਰਾ ਦਾ ਕੀ ਨਾਮ ਸੀ ਖੁਸ਼ੀ ਮੇਰੇ ਖੁਸ਼ੀ ਮੈਂ ਤਾਂ ਵੱਡਾ ਸੀ ਖੁਸ਼ੀ ਵੱਡਾ ਖੁਸ਼ੀ ਤੁਹਾਡਾ ਵੱਡਾ ਸੀ ਮੁਨਸ਼ੀ ਨਹੀਂ ਦੱਸਿਆ ਮੈਨੂੰ ਅੱਛਾ ਕੋਲੇ ਨਾਂ ਲਿਖੇ ਹੋਏ ਆ ਸਭ ਦੇ ਠੰਡੂ ਮੈਂਗਲ ਤੇਲੀ ਸੀਗੇ ਜਿਹੜੇ ਹਾਂਜੀ ਹਾਂਜੀ ਤੇ ਉਹ ਜਿਹੜਾ ਮਿੱਠੂ ਆ ਕੀ ਆਂਦੇ ਕਾਕਾ ਸੀ ਸਿਲਾਮਾਨ ਆਹੋ ਹਾਂਜੀ ਹਾਂਜੀ ਹਾਂ ਅੱਛਾ ਨਾ ਉਹ ਹੁਣ ਉੱਥੇ ਨਹੀਂ ਇਹ ਹੁਣ ਇੱਥੇ ਆਪਣੇ ਪਿੰਡ 'ਚ ਨੇ ਉਹ ਕਾਕੇ ਹੋਣੀ ਇਹ ਪਰਚ ਕੇ ਪਿੰਡ ਜਾ ਵੜੇ ਆ ਉੱਥੇ ਜਾ ਆਪਣੇ ਹਾਂਜੀ ਅੱਛਾ ਅੱਛਾ ਮੈਂ ਤਾਂ ਕਿਹਾ ਵੀ ਖਰੇ ਆਪਣੇ ਇੱਥੇ ਹਾਂਜੀ ਅੱਛਾ ਜੀ ਅੱਛਾ ਉਹ ਮੈਂ ਕਿਹਾ ਉਹ ਬੌਰੀਆ ਨਹੀਂ ਸੀ ਹੁੰਦਾ ਉਹ ਮਰ ਮੁਰ ਗਏ ਸਾਰੇ ਉਹ ਅਬਦੁਲੋ ਨਹੀਂ ਚਲੇ ਗਏ ਇੱਥੋਂ ਉਹ ਵਜ਼ੀਰਾਬਾਦ ਜਾ ਵੜੇ ਆ ਵਜ਼ੀਰਾਬਾਦ ਅਬਦੁਲ ਇੱਕ ਦਾ ਨਾਂ ਸੁਲੇਮਾਨ ਸੀ ਇੱਕ ਨਾਂ ਮੁਨਸ਼ੀ ਸੀ ਮੁਨਸ਼ੀ ਉਹ ਭੇਡਾਂ ਵਾਲੇ ਅਬਦਲ ਅਬਦਲ ਵੱਡੇ ਨਾਂ ਅਬਦਲ ਸੀ ਤੇ ਦੂਜੇ ਨਾਂ ਸਿਕੰਦਰ ਹਾਂ ਇੱਕ ਛੋਟਾ ਸੀ ਜਿਹੜਾ ਉਹਨਾਂ ਤੋਂ ਉਹਦਾ ਨਾਂ ਸੁਲੇਮਾਨ ਉਹਨਾਂ ਦਾ ਨਹੀਂ ਪਤਾ ਕਿੱਥੇ ਹੈ ਕਿੱਥੇ ਨਹੀਂ ਉਹ ਮੈਂ ਕਿਹਾ ਉਹ ਵਜ਼ੀਰਾਬਾਦ ਉਹਨਾਂ ਦਾ ਕੋਈ ਪਤਾ ਨਹੀਂ ਇੱਥੇ ਆ ਜਾ ਕੇ ਅਸੀਂ ਇੱਕੋ ਘਰ ਹਾਂ ਖੁਸ਼ੀ ਬਹੁਤ ਹੋ ਗਿਆ ਖੁਸ਼ੀ ਬਹੁਤ ਹੋ ਗਿਆ ਤੇ ਮੈਂ ਹੈਗਾ ਛੋਟਾ ਸ਼ਫੀ ਹਾਂ ਨਹੀਂ ਕੋਈ ਨਹੀਂ ਉਹਨੂੰ ਸ਼ਾਦੀ ਨਹੀਂ ਸੀ ਕਰਾਈ ਹੈਂ ਹੈਗੇ ਆ ਇੱਕ ਬੱਚਾ ਆ ਅੱਗੋਂ ਹੈਂ ਇੱਕ ਬੱਚਾ ਆ ਅਤੇ ਅੱਗੋਂ ਉਹਦੇ ਮੁੰਡੇ ਦੇ ਹੈਗੇ ਨਿਆਣੇ ਇੱਕ ਕਾਕੀ ਆ ਦੋ ਮੁੰਡੇ ਆ ਉਹ ਬੌਰੀਆ ਨਹੀਂ ਸੀ ਹੁੰਦਾ ਬੌਰੀਆ ਇੱਕ ਉਹ ਰਾਮੂ ਬੌਰੀਆ ਉਹ ਰਾਮੂ ਬੌਰੀਆ ਬੱਕਰੀਆਂ ਵਾਲਾ ਰਾਮੂ ਆਹੋ ਉਹ ਮੈਂ ਉੱਥੇ ਬੱਕਰੀਆਂ ਛੱਡਿਆ ਉਹਦੇ ਕੋਲ ਹੀ ਰਹੀ ਹੈ ਮੇਰੇ ਅੱਠ ਸਾਂ ਹਾਂ ਉਹਨੂੰ ਰਾਮੂ ਨੂੰ ਕਹਾ 50 ਕੁੜੀ ਜਾਵੇ ਦਿਆ ਕਹਿ ਕੀ ਆਦੇ ਹੈਂ ਰਾਮੂ ਨੂੰ ਕਹਾ 50 ਬੱਕਰੀਆਂ ਉਹਦੀਆਂ ਉੱਥੇ ਜਫਾਪੁਰ ਅੱਛਾ ਸਰਸੇ ਜ਼ਿਲ੍ਹੇ 'ਚ ਉੜ ਗਿਆ ਸੀਗਾ ਭੜੋਲਿਆਂ ਵਾਲੀ ਉੜ ਗਿਆ ਸੀ ਇੱਕ
ਅੱਜ ਬੜੀ ਖੁਸ਼ੀ ਹੋਈ ਆ ਬੜੇ ਚਲੋ ਚਿਰਦਾ ਮੈਂ ਲੱਗਿਆ ਸੈਂਗਾ ਵੀ ਕੋਈ ਪਿੰਡ ਦਾ ਬੰਦਾ ਮਿਲੇ ਉਧਰੋਂ ਖੁਸ਼ੀ ਖੁਸ਼ੀ ਤਾਂ ਤੈਨੂੰ ਹੋ ਗਈ ਹੁਣ ਸਾਨੂੰ ਵੀ ਲੈ ਚੱਲ ਉੱਥੇ ਜਫਾ ਆਪ ਵੀ ਆ ਤੂੰ ਬਣਾ ਪਾਸਪੋਰਟ ਤੈਨੂੰ ਸਾਰਾ ਪਿੰਡ ਚਾਹੁੰਦਾ ਖੱਛੜਾਂ ਚ ਹਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵੀ ਬਾਬਾ ਹੈਗਾ ਉੱਥੇ ਸ਼ਵੀ ਤੇ ਸਾਰਾ ਪਿੰਡ ਚਾਹੁੰਦਾ ਵੀ ਉਹਨੂੰ ਲਿਆਈਏ ਵਾਹ ਵੇ ਵਾਹ ਵਾਹ ਵੇ ਵਾਹ ਪਲਾ ਹੋਵੇ ਉਹਨਾਂ ਦਾ ਹਾਂ ਹਾਂ ਨਹੀਂ ਸਾਰੇ ਚਾਹੁੰਦੇ ਆ ਅੱਛਾ ਹਾਂ ਵੀ ਤੇਰੀ ਕੋ ਮਦਦ ਮੁਦਦ ਵੀ ਕਰੀਏ ਤੇ ਤੈਨੂੰ ਚਾਰ ਪੈਸੇ ਵੀ ਦੇਈਏ ਜੇ ਤੂੰ ਆਵੇਂ ਤਾਂ ਘਰ ਕੋਲ ਬਣ ਗਿਆ ਤੇਰਾ ਕਿ ਹੈ ਨਹੀਂ ਹੈਗਾ ਹੈਗਾ ਦੋ ਤਿੰਨ ਕੁ ਮਰਲੇ ਕਿਥਾਂ ਆ ਪੰਜ ਮਰਲੇ ਮੁੱਲ ਲਈ ਸੀ ਅੱਛਾ ਅੱਛਾ ਤੇ ਪਰ ਥੋੜਾ ਹੀ ਕਿ ਕੋ ਖਾਸ ਤਾਂ ਨਹੀਂ ਉਦੋਂ ਵੱਡੇ ਸਾਹ ਚ ਵੜਨਾ ਸੀ ਜਦੋਂ ਆਏ ਸੀ ਹਾਂਜੀ ਹਾਂ ਜ਼ਮੀਨ ਕਿਤੇ ਸਾਡੀ ਸੀ ਉਹ ਬਠਿੰਡੇ ਜ਼ਮੀਨ ਸੀ ਸਾਡੀ ਸਾਡੇ ਫੁੱਫੜ ਦੀ ਨਹੀਂ ਸਾਡੇ ਕਿਸੇ ਨਹੀਂ ਪੁਆਈ ਅਸੀਂ ਸਾਨੂੰ ਉਹਦਾ ਸਾਨੂੰ ਪਤਾ ਹੀ ਨਹੀਂ ਸੀ ਤੇ ਉੱਧਰ ਸੀ ਹਾਜੀ ਰਤਨ ਦੇ ਮੇਲੇ ਹਾਜੀ ਰਤਨ ਦਾ ਮੇਲਾ ਨਹੀਂ ਸੀ ਲੱਗਦਾ ਬਠਿੰਡੇ ਉੱਪਰਾਂ ਆਹ ਹਾਂਜੀ ਉਹ ਸਾਨੂੰ ਨਹੀਂ ਲੱਭੀ ਪਾਏ ਅਸੀਂ ਉਂਝ ਨਿਆਣੇ ਸੀ ਸਾਨੂੰ ਕੀ ਪਤਾ ਸੀ ਫੁੱਫੜ ਜਿਹੜਾ ਸਾਡਾ ਉਹ ਫੁੱਫੜ ਆਉਂਦਾ ਨਾ ਰਾਹ ਵਿੱਚ ਫੌਤ ਹੋ ਗਿਆ ਸੀ ਗੰਡਾ ਸਿੰਘ ਉਹ ਹੋ ਗਿਆ ਸੀ ਬਿਮਾਰ ਬਿਮਾਰ ਹੋ ਗਿਆ ਸੀ ਤੇ ਉਹ ਮੁਨਸ਼ੀ ਖਿੱਚੀ ਨੂੰ ਕਹਿੰਦਾ ਮੈਨੂੰ ਦਵਾਈ ਲੈ ਕੇ ਦੇ ਉੱਥੋਂ ਹਸਪਤਾਲੋਂ ਉਹ ਮੁੜ ਕੇ ਆ ਕੇ ਦੇਖਿਆ ਕੋਈ ਕਾਗਜ਼ ਨਹੀਂ ਕੋਈ ਕਾਗਜ਼ ਨਹੀਂ ਮੈਂ ਕਿਹਾ ਨਾ ਉਹ ਮੈਨੂੰ ਇਹ ਦੱਸ ਤੂੰ ਉਹ ਟਿੱਬੇ ਉਦਾਂ ਹੀ ਆ ਟਿੱਬੇ ਯਾਰ ਉਦੋਂ ਤਾਂ ਬੜੇ ਟਿੱਬੇ ਸੀ ਹਾਂਜੀ ਇੱਧਰ ਆ ਮੱਲ ਜਿੱਧਰ ਮੱਲਣ ਪਿੰਡ ਸੀ ਉਹ ਮੱਲਣ ਪਿੰਡ ਆ ਸਾਰੇ ਟਿੱਬੇ ਹੀ ਸੀ ਟਿੱਬੇ ਹੀ ਸੀ ਹਾਂ ਆਹੋ ਉਹ ਪਰਾਂ ਉਹ ਕਿਤੇ ਕੋਈ ਲੈ ਦਿਓ 2 ਕਿੱਲੇ ਕਿਤੇ 2 ਕਿੱਲੇ ਭੇਜ ਦਿਓ ਇੱਧਰ ਉਹ ਕੋਈ ਰਿਕਾਰਡ ਨਹੀਂ ਭਾਈ ਅੱਛਾ ਨਹੀਂ ਤੇ ਮੈਂ ਬਠਿੰਡੇ ਹੀ ਰਹਿਣਾ ਹੈ ਆ ਬਠਿੰਡੇ ਹੀ ਬੋਲ ਰਹੇ ਆ ਅੱਛਾ ਹਾਂ ਬਠਿੰਡਾ ਵੇਖ ਲਾ ਵੇਖ ਲਓ ਜੀ ਕਿਲਾ ਬੜਾ ਡਬਲ ਸੀ ਬਠਿੰਡੇ ਦਾ ਉਹ ਕਿਲਾ ਹੈ ਕਿਲਾ ਹੈਗਾ ਖੜਾ ਜੇ ਹੈਗਾ ਹੈਗਾ ਖੜਾ ਜੇ ਡਿੱਗੀ ਡੁੱਗੀ ਜੇ ਜਾਂਦਾ ਹੈ ਇਹ ਦੇ ਦੇ ਅੱਛਾ ਭਾਈ ਉੱਥੇ ਪਿੰਡ ਦਾ ਖਚੜਾਂ ਦਾ ਪਿਰਥੀ ਸਾਡਾ ਹਾਣੀ ਸੀ ਪਿਰਥੀ ਕਾਕੇ ਉਹਨਾਂ ਦਾ ਭਰਾ ਉਹ ਸਾਡਾ ਹਾਣੀ ਸੀ ਹਾਂ ਹਾਂਜੀ ਉਹਦੇ ਨਾਲ ਕਾਕਾ ਸੀ ਖਰੇ ਕਾਕਾ ਸੀ ਮਕਾਨ ਦੇ ਨੰਬਰ ਦਾ ਘਰ ਸੀ ਆਹੋ ਜਮੀਨ ਸੀ ਨਾ ਤੁਹਾਡੇ ਵਾਲੀ ਹਾਂਜੀ ਅੱਛਾ ਜੀ ਫੇਰ ਹੁਣ ਕੀ ਕਰੀਏ ਏਦਾਂ ਅੱਗੇ ਇੱਧਰ ਚੜ੍ਹਦੇ ਪਾਸੇ ਸੀ ਫੁੱਫੜਾਂ ਦੀ ਜ਼ਮੀਨ ਚੜ੍ਹਦੀ ਬਾਈ ਸੀ
ਬਾਬਾ ਹਾਜੀ ਰਤਨ ਦੇ ਮੇਲੇ ਨੂੰ ਜਾਈਦਾ ਸੀ ਨਾ, ਉਹਨਾਂ ਰਾਹ ਵਿੱਚ ਆਉਂਦੀ ਸੀ। ਹਾਂਜੀ, ਉਹ ਤੁਸੀਂ ਹਾਂ ਕਿੰਨੀ ਬੈਠਾ ਇੰਟਰਨੈਸ਼ਨਲ ਪਲੇਅਰ ਹੈ ਕਬੱਡੀ ਦਾ ਕੀ ਹੈ ਉਹ ਬਠਿੰਡੇ ਦਾ ਕਾਲਜ ਹੈ। ਅੱਛਾ ਜੀ, ਹਾਂਜੀ ਕੀ ਨਾਂ ਹੈ ਇਸ ਜਗ੍ਹਾ ਦਾ, ਇਸ ਜਗ੍ਹਾ ਦਾ ਕੀ ਨਾਂ ਹੈ, ਇਹ ਕਿਹੜੀ ਜਗ੍ਹਾ ਹੈ? ਇਹ ਬਠਿੰਡੇ ਦਾ ਸਟੇਡੀਅਮ ਹੈ। ਅੱਛਾ ਅੱਛਾ, ਰਜਿੰਦਰਾ ਕਾਲਜ ਦਾ। ਇਹ ਕਿਹੜਾ, ਹਾਕੀ ਦਾ ਜਾਂ ਕ੍ਰਿਕਟ ਦਾ ਜੇ? ਨਹੀਂ ਇਹ ਤਾਂ ਇਹ ਸਾਰੇ ਉਹ ਤਾਂ ਵਾਲੀਬਾਲ ਦਾ ਸੀ, ਹੁਣ ਮੈਂ ਤੈਨੂੰ ਵਿਖਾ ਦਿੰਦਾ ਹੈਗਾ ਸਟੇਡੀਅਮ ਇਹਦਾ ਹਾਕੀ ਦਾ। ਅੱਛਾ, ਹੁਣ ਮੈਂ ਹਾਕੀ ਦਾ ਦਿਖਾ ਰਿਹਾ ਇੱਧਰ, ਟੈਸਟੋ ਟਰਫ ਲੱਗੀ ਵੀ ਆ, ਜਵਾਕ ਖੇਡ ਰਹੇ ਆ। ਅੱਛਾ ਅੱਛਾ, ਬੈਠੇ ਰਹਿਣ ਦੇ। ਹਾਂਜੀ, ਵਾਹ ਵੱਡਾ ਏਰੀਆ ਜੀ ਇਹ ਤਾਂ। ਹਾਂਜੀ ਹਾਂਜੀ, ਨਜ਼ਰ ਆ ਰਿਹਾ ਸਾਹਮਣੇ। ਬਾਬਾ ਤੂੰ ਆ ਕੇ ਖੇਡਣ ਲੱਗਾ ਭਾਈ, ਭਾਈ ਉਧਰ ਪਰਲੇ ਪਾਸੇ ਕ੍ਰਿਕਟ ਦਾ ਸਟੇਡੀਅਮ ਹੈ। ਕਿਹੜਾ? ਕ੍ਰਿਕਟ ਦਾ। ਅੱਛਾ ਅੱਛਾ, ਠੀਕ ਹੈ। ਉਧਰ ਪਰਲੇ ਪਾਸੇ ਇੱਧਰ ਸਾਰਾ ਕਾਲਜ ਰਹਿ ਗਿਆ, ਰਜਿੰਦਰਾ ਕਾਲਜ ਬੈਕ ਕੈਂਪ ਦਾ ਜਿਹੜਾ। ਅੱਛਾ, ਹਾਂਜੀ, ਹੁਣ ਫਿਰ ਸ਼ਹਿਰ ਦੇ ਏਰੀਆ ਚ ਆ ਗਿਆ ਨਾ। ਅੱਛਾ, ਤੁਸੀਂ ਕੋ ਮਾਰੋ ਤਰਲਾ ਜੇ ਕੋਈ, ਸਾਡੀ ਗਰੀਬਾਂ ਦੀ ਅਮਦਾਦ ਕਰਦੇ। ਕਹਿੰਦੇ ਮਜ਼ਹਬੀ ਸਿੱਖਾਂ ਚੋਂ ਵੀ ਕੋਈ ਜਾਣਦੇ ਸੀ ਕਿਸੇ ਨੂੰ? ਉਹ ਮਜ਼ਹਬੀ ਸਿੱਖਾਂ ਦਾ ਜੀ ਕੋਈ ਪਤਾ ਨਹੀਂ, ਭੁੱਲ ਭੱਲ ਗਏ। ਮਾਇਆ ਵਿੱਚ ਵੇਖ ਕੇ ਤਾਂ ਬਾਬਾ ਸਰਜਾ ਹਾਂਜੀ ਹੁੰਦਾ ਸੀ, ਜਿਉਣਾ ਹੁੰਦਾ ਸੀ। ਆਹੋ ਆਹੋ ਹੈਗੇ ਸੀ, ਹੁਣ ਉਹ ਵਜਾ ਹੈ ਜੀ। ਉਹ ਕਰਤਾਰੇ ਬੌਰੀਏ ਹੁਣੀ ਹੁੰਦੇ ਸੀਗੇ। ਆਹੋ ਨਾ ਮਾਰ ਦੇ ਕਰਤਾਰਾ, ਫਿਰ ਉਹ ਇੱਕ ਵਾਰ ਭਰਾ ਸੀ ਇੰਦਰ ਸਿੰਘ, ਉਹਦਾ ਭਰਾ ਸੀ ਕਿ ਇੰਦਰੀ 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 ਆਹੋ ਆ ਇੰਦਰ ਨੇ ਆ ਆਹੋ ਅਸੀਂ ਤਾਂ ਉਹਨਾਂ ਨੂੰ ਮੱਦੀ ਮੱਦੀ ਜਾਂਦੇ ਹੁੰਦੇ ਸੀ, ਅਸੀਂ ਉਹਨਾਂ ਨੂੰ ਮੱਦੀ ਮੱਦੀ ਜਾਂਦੇ ਹੁੰਦੇ ਸਾਂ ਉਹਦੇ ਮੁੰਡਿਆਂ ਨੂੰ, ਉਦੋਂ ਨਿੱਕੇ ਨਿੱਕੇ ਸੀ ਉਹ। ਹਾਂਜੀ ਹਾਂਜੀ, ਨਾ ਤਾਂ ਤੁਸੀਂ ਆ ਹਾਂ ਜੋਰਾ ਜੋਰਾ ਵੱਡਾ ਸੀ, ਜੋਰਾ ਵੱਡਾ ਸੀ ਮੱਦੀ ਉਹਨਾਂ ਤੋਂ ਹੈਗਾ ਉਹਨਾਂ ਕੋ ਵੀ ਉਹਦੀਆਂ ਬੱਕਰੀਆਂ ਪਹੁੰਚਾਓ ਮੇਰੀਆਂ। ਆਹੋ ਕੋ 8 ਸਾਲ ਤੁਹਾਨੂੰ ਛੱਡ ਕੇ ਗਿਆ, ਹਾਂ ਕਹਿ 8 ਸਾਲ ਛੱਡ ਕੇ ਗਿਆ, ਭੇਡ ਦੀ ਲੈ ਲਈ ਸੀ ਇੱਕ, 70 ਰੁਪਈਆਂ ਦੀ ਲਈ ਸੀ।
कोई तो करो लाल जी रंग नजर आई है अच्छा अच्छा ए बाबा जी के बेटे ने छोटा देखो अच्छा इन्हां दा माड़ा जिहा घर दा भी मंदर देखो कंधाड़ी होनी अच्छा जी वो तो साडा थान बड़ा खुला जी तो बहुत आता खुला जी साडा अच्छा जी चलो अब बाबा जी नाल भी खुदा हाफिज कर लो ए लड़काना सिंह कोई आ गया ना बंदा लड़काना सिंह हाथ ला दियो ते नाल ही साडा अज दा विलॉग मुक गया जे जेकर तुहानू विलॉग अच्छा लगा होया इहनू लाइक ते शेयर जरूर करियो ते साडे चैनल नदीम विरसा विलॉग्स नू सबसक्राइब कर लियो उम्मीद है कि असीं आइंदा भी इस तरह दी वीडियोज़ इस तरह दे विलॉग्स बनांदे रहांगे ते तुहाडे सामने तुहाडे रूबरू पेश करदे रहांगे हुण सानू इजाज़त दियो अल्लाह बेली पाकिस्तान जिंदाबाद